ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰ ਵਾਲਿਓ ਨੌਜਵਾਨੋ ਵੀਰੋ ਭੈਣੋ ਜੋ ਇਸ ਤੋਂ ਪਹਿਲਾਂ ਕਿਤਾਬ ਬੋਲ ਕੇ ਰਿਕਾਰਡ ਕੀਤੀ ਗਈ ਸੀ ਉਹਦੇ ਸਾਰੇ ਐਪੀਸੋਡ ਤੁਹਾਡੇ ਤੱਕ ਫੇਸਬੁੱਕ ਦੇ ਰਾਹੀਂ YouTube ਦੇ ਰਾਹੀਂ ਪਹੁੰਚ ਚੁੱਕੇ ਨੇ ਤੇ ਅਗਲੀ ਕਿਤਾਬ ਹਸਤ ਖੇਲਤ ਤੇਰੇ ਦਿਹਰੇ ਆਇਆ ਇਹ ਰਿਕਾਰਡ ਕਰਕੇ ਆਡੀਓ ਰੂਪ ਦੇ ਵਿੱਚ ਮੈਂ ਤੁਹਾਡੇ ਸੰਮੁਖ ਰੱਖਣ ਦਾ ਉਪਰਾਲਾ ਕਰ ਰਿਹਾ ਇਸ ਦੇ ਵਿੱਚ ਅਜਿਹਾ ਮੈਟਰ ਹੈ ਜਿਹੜਾ ਕਿ ਸ਼ਾਇਦ ਤੁਸੀਂ ਅੱਜ ਤੱਕ ਨਾ ਸੁਣਿਆ ਹੋਵੇ ਤੇ ਜਿਹੜਾ ਸਾਡੇ ਧਰਮ ਦੇ ਵਿੱਚ ਕਿੰਨਾ ਕੁਝ ਵਾਪਰ ਰਿਹਾ ਉਹਨੂੰ ਅਸੀਂ ਧਰਮ ਦਾ ਹਿੱਸਾ ਜਾਣ ਕੇ ਅੱਖਾਂ ਮੀਟ ਕੇ ਬਰਦਾਸ਼ਤ ਕਰ ਲੈਨੇ ਆ ਉਹਦੇ ਵਿਰੁੱਧ ਆਵਾਜ਼ ਉਠਾਉਣ ਦਾ ਕਦੇ ਉਪਰਾਲਾ ਨਹੀਂ ਕਰਦੇ ਤੇ ਮੈਂ ਯਤਨ ਕਰ ਰਹੇ ਆ ਕਿ ਜੋ ਜਥੇਦਾਰ ਨੇ ਜੋ ਕੀਰਤਨੀਏ ਨੇ ਜੋ ਕਥਾਵਾਚਕ ਨੇ ਜੋ ਪ੍ਰਬੰਧਕ ਨੇ ਅਤੇ ਜਿਹੜਾ ਆਮ ਸਿੱਖ ਸਮਾਜ ਹੈ ਉਹ ਕੀ ਕਰ ਰਿਹਾ ਹੈ ਤੇ ਉਹਨੂੰ ਕੀ ਕਰਨਾ ਚਾਹੀਦਾ ਹੈ ਸਾਡੀਆਂ ਕਿਤਾਬਾਂ ਚ ਕੀ ਲਿਖਿਆ ਪਿਆ ਤੇ ਕੀ ਹੋਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਕੀ ਕਹਿ ਰਹੀ ਹੈ ਤੇ ਅਸੀਂ ਕੀ ਸਮਝੀ ਬੈਠੇ ਆਂ ਇਤਿਹਾਸ ਦੇ ਵਿੱਚ ਕੀ ਹੈ ਤੇ ਸਾਡੇ ਕੋਲੇ ਕੀ ਪਹੁੰਚਣਾ ਚਾਹੀਦਾ ਇਹ ਸਾਰਾ ਕੁਝ ਵੀ ਵਿਚਾਰਾਂ ਕਰਨੀਆਂ ਬਣਦੀਆਂ ਨੇ ਇਸ ਕਿਤਾਬ ਦਾ ਅੱਜ ਮੈਂ ਪਹਿਲਾ ਐਪੀਸੋਡ ਭੂਮਿਕਾ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਰੱਖਣ ਲੱਗਿਆ ਇਸ ਕਿਤਾਬ ਦੀ ਪਹਿਲੀ ਐਡੀਸ਼ਨ 2014 ਦੇ ਵਿੱਚ છਪੀ ਸੀ ਤੇ ਜਿਹੜੀ ਕਿ ਉਸ ਤੋਂ ਬਾਅਦ ਲਗਾਤਾਰ ਛਪ ਕੇ ਪਾਠਕਾਂ ਦੇ ਹੱਥਾਂ ਵਿੱਚ ਪਹੁੰਚਦੀ ਰਹੀ ਹੈ ਇੱਥੇ ਭਗਤ ਨਾਮਦੇਵ ਜੀ ਦਾ 1164 ਪੰਨੇ ਤੇ ਇੱਕ ਸ਼ਬਦ ਹੈ ਮੁੱਢ ਦੇ ਵਿੱਚ ਮੈਂ ਉਹ ਤੁਹਾਡੇ ਸਾਹਮਣੇ ਰੱਖਾਂਗਾ ਹਸਤ ਖੇਲ ਤ ਤੇਰੇ ਦੇਹਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਹੀਨੜੀ ਜਾਤ ਮੇਰੀ ਜਦਮ ਰਾਇਆ ਕੀ ਪੇ ਕੇ ਜਨਮ ਕਾਹੇ ਕੋ ਆਇਆ ਰਹਾਉ ਲੈ ਕੰਮਲੀ ਚਲਿਓ ਲਪਟਾਏ ਦਿਹਰੇ ਪਾਛੇ ਬੈਠਾ ਜਾਏ ਜਿਉਂ-ਜਿਉਂ ਨਾਮ ਹਰਗੁਣੀ ਉਚਰੈ ਭਗਤ ਜਨਾਂ ਕੋ ਦਿਹੋਰਾ ਫਿਰੈ ਗੁਰੂ ਕਾਲ ਤੱਕ ਔਕਣਾ ਭਰਿਆ ਪੰਧ ਤੈ ਕਰਦੇ ਆ ਇਹ ਭਾਰਤ ਦੇਸ਼ ਉਜੜ ਚੁੱਕਿਆ ਸੀ ਇਥੋਂ ਦੇ ਜੋਗੀ ਸੰਿਆਸੀ ਸਵਾ ਮਲ ਕੇ ਕਪੜੇ ਉਤਾਰ ਕੇ ਬੀਬੀਆਂ ਬੱਚਿਆਂ ਨੂੰ ਰੋਂਦੇ ਛੱਡ ਕੇ ਜੰਗਲਾਂ ਵਿੱਚ ਲੋਕੇ ਸਨ ਬੋਧੀ ਹਾਰ ਚੁੱਕੇ ਸਨ ਜੈਨੀਆਂ ਪਹਿਲਾਂ ਹੀ ਜ਼ਿੰਮੇਵਾਰੀਆਂ ਤੋਂ ਭੱਜ ਚੁੱਕੇ ਸਨ ਬ੍ਰਾਹਮਣ ਮੰਦਰਾਂ ਵਿੱਚ ਅਿਆਸੀਆਂ ਕਰਦੇ ਸਨ ਲੋਕਾਂ ਨੂੰ ਧਾਗੇ ਤਵੀਤ ਮੰਤਰ ਹਵਨ ਜਗ ਅਦ ਦੇ ਘੁੰਮਣ ਘੇਰ ਵਿੱਚ ਫਸਾ ਚੁੱਕੇ ਸਨ ਇਸਲਾਮੀ ਰਾਜ ਅਤੇ ਧਰਮ ਲਗਾਤਾਰ ਵਧਦਾ ਜਾ ਰਿਹਾ ਸੀ ਇਥੋਂ ਦੇ ਰਾਜਪੂਤ ਰਾਜੇ ਮੁਸਲਮਾਨ ਹਾਕਮਾਂ ਨੂੰ ਧੀਆਂ ਦੇ ਡੋਲੇ ਦੇ ਕੇ ਉਨ੍ਹਾਂ ਦੀ ਗੁਲਾਮੀ ਪ੍ਰਵਾਨ ਕਰ ਚੁੱਕੇ ਸਨ ਮੁਗਲਾਂ ਦੇ ਨੌਕਰ ਲੱਗ ਕੇ ਮੁਗਲਾਂ ਦੇ ਰਾਜ ਨੂੰ ਪੱਕਾ ਕਰ ਰਹੇ ਸਨ ਤੇ ਆਪਣੇ ਹੀ ਦੇਸ਼ ਵਾਸੀਆਂ ਤੇ ਅਸਹਿ ਜ਼ੁਲਮ ਕਰ ਰਹੇ ਸਨ ਗੁਲਾਮੀ ਦੀਆਂ ਜ਼ੰਜੀਰਾਂ ਟੁੱਟਣ ਦੀਆਂ ਆਸਾਂ ਖਤਮ ਹੋ ਚੁੱਕੀਆਂ ਸਨ 700 ਸਾਲ ਤੱਕ ਭਾਰਤ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਰਿਹਾ ਬੰਦ ਖਲਾਸੀ ਦੀਆਂ ਸਭ ਆਸਾਂ ਖਤਮ ਹੋ ਗਈਆਂ ਅਜਿਹੇ ਦੁਖਦਾਈ ਹਾਲਾਤ ਵਿੱਚ ਖੁਸ਼ੀਆਂ ਕਿੱਥੇ ਹਾਸਾ ਕਿਵੇਂ ਆ ਸਕੇਗਾ ਹਰ ਕੋਈ ਬੈਰਾਗ ਸੰਨਿਆਸ ਤਿਆਗ ਉਦਾਸ ਵਰਗੇ ਮੁਰਦੇਹਾਣੀ ਨੂੰ ਭਗਤੀ ਗਰਦਾਨ ਰਿਹਾ ਸੀ ਗੁਰੂ ਨਾਨਕ ਸਾਹਿਬ ਨੇ ਲੰਮੀ ਪਲਾਨਿੰਗ ਬਣਾ ਕੇ ਆਜ਼ਾਦ ਫਿਦਾਵਾਲਾ ਮਾਹੌਲ ਤਿਆਰ ਕਰਨ ਲਈ ਖੁਸ਼ ਚੁੱਕ ਕੇ ਖੁਸ਼ੀਆਂ ਖੇੜੇ ਵਾਪਸ ਲਿਆਉਣ ਲਈ ਉਜੜ ਚੁੱਕੇ ਪਰਿਵਾਰਾਂ ਪਿੰਡਾਂ ਸ਼ਹਿਰਾਂ ਨੂੰ ਮੁੜ ਤੋਂ ਬਸਾਉਣ ਲਈ ਕੈਰਾਂ ਨੂੰ ਬਹਾਦਰ ਬਣਾਉਣ ਲਈ ਸੀਸਤਲੀ ਤੇ ਰੱਖ ਕੇ ਜ਼ਾਲਮਾਂ ਦੇ ਆਹੂ ਲਾਉਣ ਲਈ ਮੌਤ ਨੂੰ ਮਖੌਲਾ ਕਰਨ ਵਾਲੇ ਸੰਤ ਸਿਪਾਹੀਆਂ ਦੀ ਫੌਜ ਤਿਆਰ ਕੀਤੀ ਗੁਰੂ ਨਾਨਕ ਜੀ ਦੇ ভরਸਾਏ ਗੁਰੂ ਸਾਹਿਬਾਨ ਭਗਤ ਸਾਹਿਬਾਨ ਅਤੇ ਸਿੱਖਾਂ ਨੇ ਆਪੋ ਆਪਣੀ ਥਾਂਵੇਂ અત્યੰਤ ਮੁਸ਼ਕਲਾਂ ਵਿੱਚ ਜੋ ਨਮਿਕਲੇ ਕਾਰਜ ਕੀਤੇ ਉਹਨਾਂ ਦਾ ਕੋਈ ਜਵਾਬ ਨਹੀਂ ਹੈ ਅੱਜ ਪੰਜਾਬ ਵਾਸੀਆਂ ਕੋਲ ਜੋ ਕੁਝ ਮਾਣਯੋਗ ਹੈ ਤਾਂ ਉਹ ਗਿਆਨ ਦਾ ਸਾਗਰ ਗੁਰਬਾਣੀ ਦਾ ਮਹਾਨ ਖਜ਼ਾਨਾ ਹੈ ਮੇਰੇ 45 ਸਾਲ ਦਾ ਧਾਰਮਿਕ ਜੀਵਨ ਸਾਫਰ ਵਿੱਚ ਮੈਂ ਬੈਰਾਗਮਈ ਸ਼ਬਦ ਸੁਣੇ ਮੌਤ ਦੇ ਭੋਗ ਤੇ ਵਿਆਹ ਵਕਤ ਕੁਝ ਸ਼ਬਦ ਸੁਣੇ ਖੁਸ਼ੀਆਂ ਵਾਲੇ ਲੜਕੇ ਦੇ ਜਨਮ ਸਮੇਂ ਪੁੱਤੀ ਗੰਢ ਪਵੇ ਸੰਸਾਰ ਵਰਗੇ ਸ਼ਬਦ ਸੁਣੇ ਬਾਕੀ ਸਿਧਾਂਤਕ ਸ਼ਬਦਾਂ ਦੀ ਨਾ ਕਥਾ ਸੁਣੀ ਨਾ ਕੀਰਤਨ ਸੁਣਿਆ ਮਿਸ਼ਨਰੀ ਕਾਲੀਆਂ ਨੇ ਇਸ ਪਾਸੇ ਧਿਆਨ ਦਿੱਤਾ ਹੌਲੀ ਹੌਲੀ ਸੰਗਤਾਂ ਨੂੰ ਸਮਝ ਆਉਣੀ ਸ਼ੁਰੂ ਹੋਈ ਹੁਣ ਕੁਝ ਗੱਲ ਅੱਗੇ ਟੁਰੀ ਹੈ ਮੈਂ ਸਾਰੀਆਂ ਪ੍ਰਚਲਿਤ ਧਾਰਨਾਵਾਂ ਨੂੰ ਤੋੜ ਕੇ ਗੁਰਬਾਣੀ ਦੇ ਚਾਨਣ ਵਿੱਚ ਸੰਗਤ ਦੇ ਸੁਨਮੁਖ ਨਵਾਂ ਮੈਟਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਹੱਥਲੀ ਕਿਤਾਬ ਵਿੱਚ ਕਰਾਰੇ ਵਿਅੰਗ ਹਨ ਹਾਸਿਆਂ ਦੀਆਂ ਫੁੱਲ ਝੜੀਆਂ ਹਨ ਕਲੇਜਾ ਵਿੰਨ ਦੇਣ ਵਾਲੇ ਦਰਦਨਾਕ ਕਿਸੇ ਹਨ ਸਿੱਖਿਆਦਾਇਕ ਰੌਚਕ ਕਥਾਵਾਂ ਹਨ ਪਿਛਲੇ 45 ਸਾਲ ਤੋਂ ਮੈਂ ਅਜਿਹਾ ਮੈਟਰ ਇਕੱਠਾ ਕਰਦਾ ਆਇਆ ਹਾਂ ਉਸ ਸਾਹਵੇਂ ਹੋਏ ਮੈਟਰ ਨੂੰ ਤਰਤੀਬ ਦੇ ਕੇ ਦਿਲਕਸ਼ ਬਣਾ ਕੇ ਸੰਗਤਾਂ ਸੰਮੁਖ ਰੱਖਣ ਲੱਗਿਆ ਹ ਇਸ ਤਰ੍ਹਾਂ ਦੀਆਂ ਕਿਤਾਬਾਂ ਨਾਂ ਦੇ ਬਰਬੇ ਹੀ ਵੇਖੀਆਂ ਹਨ ਧਰਮ ਤੇ ਕਾਬਜ ਪੁਜਾਰੀ ਕੋਈ ਹੁਕਮਨਾਮਾ ਜਾਰੀ ਕਰ ਸਕਦੇ ਹਨ ਕੋਈ ਗੱਲ ਨਹੀਂ ਜਿੱਥੇ ਪਹਿਲਾਂ ਮੇਰੇ ਵਿਰੁੱਧ ਇੱਕ ਹੁਕਮਨਾਮਾ ਜਾਰੀ ਹੋ ਚੁੱਕਿਆ ਹੈ ਹੁਣ ਦੂਜਾ ਸਹੀ ਆਓ ਪਹਿਲਾਂ ਉੱਪਰ ਦਿੱਤੇ ਸ਼ਬਦ ਦੇ ਅਰਥ ਵਿਚਾਰ ਲਈਏ ਹੇ ਕਰਤਾਪੁਰਖ ਧਾਰਮਿਕ ਅਸਥਾਨਾਂ ਤੇ ਕਬਜ਼ਾ ਕਰੀ ਬੈਠੇ ਬ੍ਰਾਹਮਣਾਂ ਨੇ ਸਾਨੂੰ ਸਦੀਆਂ ਤੋਂ ਨੀਵੇਂ ਹੀਣੇ ਤੇ ਨੀਚ ਗਰਦਾਨ ਦਿੱਤਾ ਹੈ ਛੀਂਬੇ ਆਦਿਕ ਛੋਟੀਆਂ ਜਾਤਾਂ ਵਿੱਚ ਜਨਮ ਲੈਣ ਵਾਲੇ ਨੂੰ ਉੱਚੀ ਜਾਤ ਵਾਲੇ ਨਫ਼ਰਤ ਕਰਦੇ ਹਨ ਇਉਂ ਸਾਡੀ ਜਨਮ ਤੋਂ ਹੀ ਖੁਸ਼ੀ ਖੋਹ ਲਈ ਜਾਂਦੀ ਹੈ ਇਹ ਜਾਤਾਂ ਤੇਰੀਆਂ ਬਣਾਈਆਂ ਹੋਈਆਂ ਤਾਂ ਹੈ ਨਹੀਂ ਅਸੀਂ ਤਾਂ ਤੇਰੇ ਗੁਣ ਗਾਉਂਦੇ ਚੰਗੇ ਕੰਮ ਕਰਦੇ ਹੋਏ ਤੇਰੀ ਧਰਤੀ ਰੂਪੀ ਧਰਮਸ਼ਾਲਾ ਤੇ ਸੌਖਾ ਖੁਸ਼ੀਆਂ ਭਰਿਆ ਜੀਵਨ ਬਿਤਾਉਣਾ ਚਾਹੁੰਦੇ ਸਾਂ ਪਰ ਇਹ ਤਾਕਤਵਰ ਲੋਕ ਬੜੇ ਧਰਮੀ ਹੋਣ ਦਾ ਢੋਂ ਕਰਦੇ ਹਨ ਸਾਨੂੰ ਰੱਬ ਦਾ ਨਾਮ ਲੈਣ ਤੋਂ ਸਖਤੀ ਨਾਲ ਮਨਾ ਕਰਦੇ ਹਨ ਧਰਮ ਅਸਥਾਨਾਂ 'ਤੇ ਜਨਤੇ ਪਾਬੰਦੀ ਲਾ ਰੱਖਦੇ ਹਨ ਜੇ ਕੋਈ ਨੀਵੀਂ ਜਾਤ ਵਾਲਾ ਉੱਥੇ ਚਲਾ ਵੀ ਜਾਵੇ ਤਾਂ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਹਨ ਮੈਂ ਨਾਮਦੇਵ ਨੇ ਆਪਣੀ ਚਾਦਰ ਚੁੱਕੀ ਤੇ ਪਿੱਛੇ ਦੂਰ ਜਾ ਬੈਠਾ ਮੇਰੇ ਪਿਆਰ ਵਾਲੇ ਹੋਰ ਸਾਥੀ ਵੀ ਆ ਗਏ ਜਿਵੇਂ ਜਿਵੇਂ ਮੈਂ ਉਹਨਾਂ ਨੂੰ ਨਰਿੰਕਾਰ ਦੀ ਮਹਾਨਤਾ ਦੱਸਦਾ ਗਿਆ ਪੰਡਿਆਂ ਦੇ ਪਾਪ ਕਰਮ ਨੰਗੇ ਕਰਦਾ ਗਿਆ ਸਾਰਾ ਹੀ ਪਾਸਾ ਹੀ ਪਲਟਦਾ ਗਿਆ ਮੈਂ ਲੋਕਾਂ ਨੂੰ ਸਮਝਾਇਆ ਕਿ ਪਰਮੇਸ਼ਰ ਮੰਦਰ ਵਿੱਚ ਨਹੀਂ ਬੈਠਾ ਉਹ ਤਾਂ ਹਰ ਥਾਂ ਹੈ ਸਾਰੇ ਜੀਵਾਂ ਵਿੱਚ ਰਮਿਆ ਹੋਇਆ ਹੈ ਲਓ ਸੁਣੋ ਸ਼ਬਦ ਨਾਮਦੇਵ ਜੀ ਦਾ ਸਭ ਘਟ ਰਾਮ ਬੋਲਾ ਰਾਮਾ ਬੋਲਾ ਰਾਮ ਬਿਨਾ ਕੋ ਬੋਲਾ ਰੇ ਹੇ ਭਾਈ ਹਰ ਜੀਵ ਅੰਦਰ ਨਰਿੰਕਾਰ ਦੀ ਜੋਤ ਹੈ ਤਾਂ ਹੀ ਜੀਵ ਬੋਲਦੇ ਹਨ ਟੁਰਦੇ ਫਿਰਦੇ ਹਨ ਅਜਿਹੀ ਕੋਈ ਥਾਂ ਨਹੀਂ ਜਿੱਥੇ ਪਰਮੇਸ਼ਰ ਦਾ ਨਿਯਮ ਕੰਮ ਨਾ ਕਰ ਰਿਹਾ ਹੋਵੇ ਈਬਾ ਬੀਠਲ ਉਬਾ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਤਨੰਤਰ ਨਾਮਾ ਪਰਣਵੈ ਪੂਰ ਰਹਿਓ ਤੂੰ ਸਰਬਮਹੀਂ ਭਾਈ ਜਨੋ ਇਥੇ ਉਥੇ ਦੂਰ ਨੇੜੇ ਨਰਿੰਕਾਰਤਾ ਹਰ ਥਾਂ ਸਮਾਇਆ ਹੋਇਆ ਹੈ ਪਰਮੇਸ਼ਰ ਦੀ ਅਟਲ ਸ਼ਕਤੀ ਤੋਂ ਬਿਨਾ ਸੰਸਾਰ ਸਥਿਰ ਰਹਿ ਹੀ ਨਹੀਂ ਸਕਦਾ ਨਾਮ ਦੇ ਬੇਨਤੀ ਕਰਦਾ ਹੈ ਇਸ ਸਚਾਈ ਨੂੰ ਹਿਰਦੇ ਵਿੱਚ ਵਸਾ ਲਓ ਕਿ ਕਰਤਾਰ ਸਾਰੇ ਜੀਵਾਂ ਵਿੱਚ ਮੌਜੂਦ ਹੈ ਧਰਮ ਸਥਾਨ ਵਿੱਚ ਹੀ ਉਹ ਨਹੀਂ ਬੈਠਾ ਹੋਇਆ ਗੁਰਬਾਣੀ ਤਾਂ ਇਉਂ ਵੀ ਪਰਮਾਨੰ ਕਰਦੀ ਹੈ ਨਾਨਕ ਸਤਗੁਰੂ ਭੇਟਿਆ ਪੂਰੀ ਹੋਵੇ ਜੁਗਤ ਹੱਸੰਦੇਆਂ ਖੇਲੰਦੇਆਂ ਪੈਨੰਦੇਆਂ ਖਾਂਬੰਦੇਆਂ ਵਿਚੇ ਹੋਵੇ ਮੁਕਤ ਏ ਨਾਨਕ ਸਤਗੁਰੂ ਦੇ ਉਤਮ ਗਿਆਨ ਪ੍ਰਾਪਤ ਕਰਕੇ ਜ਼ਿੰਦਗੀ ਜਿਉਣ ਦੀ ਸਹੀ ਸੋਝੀ ਆ ਜਾਂਦੀ ਹੈ ਹੱਸਦੇਆਂ ਖੇਡਦੇਆਂ ਪਹਿਨਦੇਆਂ ਖਾਂਦੇਆਂ ਸਾਰੀਆਂ ਖੁਸ਼ੀਆਂ ਪੂਰੀਆਂ ਕਰਦੀਆਂ ਮੁਕਤੀ ਦੇ ਬੰਧਨਾ ਤੋਂ ਮੁਕਤੀ ਮਿਲ ਜਾਂਦੀ ਹੈ ਜਾਨੀ ਕਿ ਬੰਧਨਾਤੋਂ ਇਨਸਾਨ ਮੁਕਤ ਹੋ ਜਾਂਦਾ ਹੈ ਹਰ ਜਨ ਗੁਣ ਗਾਵਤ ਹਸਿਆ ਹਰ ਹਰ ਭਗਤ ਬਣੀ ਮਤ ਗੁਰਮਤ ਧੁਰਮਸਤਕ ਪ੍ਰਭ ਲਿਖਿਆ ਹਰੀ ਦੇ ਸੇਵਕ ਸਦਾ ਖੁਸ਼ ਰਹਿੰਦੇ ਹਨ ਤੇ ਗੁਣਵਾਨ ਬਣਦੇ ਹਨ ਵਿਕਾਸ ਕਰਨਾ ਹੀ ਅਸਲੀ ਭਗਤੀ ਹੈ ਆਪਣੀ ਛੋਟੀ ਮਤ ਗੁਰੂ ਤੋਂ ਗਿਆਨ ਲੈ ਕੇ ਬਹੁਤ ਉੱਚੀ ਹੋ ਜਾਂਦੀ ਹੈ ਅਜਿਹੇ ਉਤਮ ਲੇਖ ਦੇ ਮਾ ਦਿਮਾਗ ਵਿੱਚ ਟਿਕ ਜਾਂਦੇ ਹਨ ਸਨ 1999 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 300 ਸਾਲਾ ਖਾਲਸੇ ਦਾ ਸਾਜਨਾ ਦਿਵਸ ਮਨਾਉਂਦਿਆਂ 300 ਪ੍ਰਮੁੱਖ ਸਿੱਖਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੋਰਨਾ ਤੋਂ ਇਲਾਵਾ ਇਹਨਾਂ ਵਿੱਚ ਇੱਕ ਸਿੱਖ ਖੁਸ਼ਵੰਤ ਸਿੰਘ ਪ੍ਰਿਦਲਖ ਪ੍ਰਸਿੱਧ ਲਿਖਾਰੀ ਵੀ ਸੀ ਇਸ ਨੂੰ ਭਰੇ ਇਕੱਠ ਵਿੱਚ ਕੇਸਗੜ੍ਹ ਤੋਂ ਅਨੰਦਪੁਰ ਸਾਹਿਬ ਵਿਖੇ ਸਨਮਾਨਿਤ ਕਿਨ ਅਤੇ ਸਰੂਪਾ ਦੇ ਕੇ ਸਨਮਾਨਿਤ ਕੀਤਾ ਗਿਆ ਖੁਸ਼ਵੰਤ ਸਿੰਘ ਨੇ ਆਪਣੀਆਂ ਬੇਬਾਕ ਲਿਖਤਾਂ ਰਾਹੀਂ ਕਾਫੀ ਪ੍ਰਸਿੱਧੀ ਖੱਟੀ ਹੈ ਜਦੋਂ ਪੱਤਰਕਾਰਾਂ ਨੇ ਸਰਦਾਰ ਖੁਸ਼ਵੰਤ ਸਿੰਘ ਨੂੰ ਪੁੱਛਿਆ ਕਿਵੇਂ ਮਹਿਸੂਸ ਕਰਦੇ ਹੋ ਆਖਣ ਲੱਗਿਆ ਮੈਂ ਕਿਸੇ ਧਰਮ ਨੂੰ ਤਾਂ ਨਹੀਂ ਮੰਨਦਾ ਮੈਂ ਸ਼ਰਾਬ ਵੀ ਪੀ ਲੈਂਦਾ ਹਾਂ ਹੋਰ ਕਈ ਤਰ੍ਹਾਂ ਦੀਆਂ ਮੇਰੇ ਵਿੱਚ ਕਮਜ਼ੋਰੀਆਂ ਵੀ ਹੈਗੀਆਂ ਨੇ ਪਰ ਵੈਸੇ ਰੱਬ ਦਾ ਕੋਈ ਮੇਰਾ ਰੱਬ ਤੇ ਕੋਈ ਵਿਸ਼ਵਾਸ ਨਹੀਂ ਹੈ ਮਰਨ ਤੋਂ ਬਾਅਦ ਅਗਰ ਮੈਨੂੰ ਰੱਬ ਕੋਲੇ ਪੇਸ਼ ਕੀਤਾ ਗਿਆ ਰੱਬ ਨੇ ਮੈਨੂੰ ਕੀਤੇ ਦੀ ਸਜ਼ਾ ਦੇਣੀ ਚਾਹੀ ਤਾਂ ਮੈਂ ਆ ਸਨਮਾਨਕਿੰਨ ਅਤੇ ਸਰੋਪਾ ਰੱਬ ਨੂੰ ਵਿਖਾ ਕੇ ਆਖਾਂਗਾ ਰੱਬ ਜੀ ਮੈਨੂੰ ਤੁਸੀਂ ਕੋਈ ਸਜ਼ਾ ਨਾ ਦਿਓ ਕਿਉਂਕਿ ਮੈਨੂੰ ਅਸਲੀ ਸਿੱਖ ਤੇ ਪੱਕਾ ਧਰਮੀ ਪੁਰਖ ਮੰਨ ਲਿਆ ਗਿਆ ਹੈ ਸਿੱਖਾਂ ਦੀ ਵੱਡੀ ਜਥੇਬੰਦੀ ਨੇ ਮੈਨੂੰ 1999 ਵਿੱਚ ਆ ਸਰਟੀਫਿਕੇਟ ਦਿੱਤਾ ਸੀ ਦੇਖ ਲਓ ਚੰਗੀ ਤਰ੍ਹਾਂ ਮਨੁੱਖਤਾ ਦਾ ਮਾਨਸਿਕ ਵਿਕਾਸ ਹੋਣ ਨਾਲ ਤਰਜੇ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਤਬਦੀਲੀ ਆਉਂਦੀ ਹੈ ਖਾਣਾ ਪੀਣਾ ਪਹਿਨਣਾ ਰਹਿਣਾ ਆਵਾਜਾਈ ਵਿਦਿਆ ਸੰਪਰਕ ਸਾਧਨ ਰਾਜ ਤੇ ਸਮਾਜ ਦਾ ਹਰ ਪਹਿਲੂ ਪੁਜਾਰੀ ਲੋਕ ਪ੍ਰਾਤਨ ਪਰੰਪਰਾ ਨੂੰ ਰੱਬ ਦੇ ਨਾਂ ਤੇ ਲੋਕਾਂ ਨੂੰ ਜਕੜ ਕੇ ਰੱਖਣਾ ਚਾਹੁੰਦੇ ਹਨ ਸਾਡੀ ਪ੍ਰਾਤਨ ਸੰਸਕ੍ਰਿਤੀ ਦਾ ਬੇਸੁਰਾ ਰਾਗ ਆਲਾਪਦੇ ਰਹਿੰਦੇ ਹਨ ਸਮੇਂ ਦੇ ਬਦਲਦੇ ਹਾਲਾਤ ਵਿੱਚ ਧਰਮ ਸਥਾਨਾਂ ਦਾ ਕਰਮਕਾਂਡ ਨਹੀਂ ਬਦਲਿਆ ਪੁਜਾਰੀ ਦੀ ਸੋਚ ਨਹੀਂ ਬਦਲੀ ਇਸ ਕਿਤਾਬ ਨੂੰ ਪੜ੍ਹ ਕੇ ਸਿੱਖਾਂ ਦੇ ਪੁਜਾਰੀ ਤਬਕੇ ਨੂੰ ਬੇਚੈਨੀ ਹੋ ਸਕਦੀ ਹੈ ਕੋਈ ਗੱਲ ਨਹੀਂ ਇਹਨਾਂ ਨੂੰ ਅਕਤੂਬਰ 2006 ਵਿੱਚ ਵੀ ਬਹੁਤ ਬੇਚੈਨੀ ਹੋਈ ਸੀ ਉਸ ਸਮੇਂ ਮੇਰੇ ਵਿਰੁੱਧ ਅਕਾਲ ਤਖਤ ਵੱਲੋਂ ਹੁਕਮਨਾਮਾ ਵੀ ਜਾਰੀ ਕਰ ਦਿੱਤਾ ਸੀ ਸਰੀਰਕ ਹਮਲਾ ਕਰਕੇ 2010 ਵਿੱਚ ਮੇਰੇ ਸੱਟਾਂ ਫੇਟਾਂ ਵੀ ਮਾਰ ਗਏ ਸੀ ਅਗਸਤ 2013 ਵਿੱਚ ਮੇਰੇ ਤੇ ਚਾਰ ਮੁਕੱਦਮੇ ਵੀ ਦਰਜ ਕਰਵਾ ਦਿੱਤੇ ਸਨ ਧਾਰਾ 295 ਤਹਿਤ ਇਹ ਕਿਤਾਬ ਪੜ ਕੇ ਵੇਖੋ ਕੀ ਐਕਸ਼ਨ ਲੈਂਦੇ ਹਨ ਮੈਂ ਉਡੀਕ ਕਰ ਰਿਹਾ ਹਾਂ ਇਹ ਕਿਤਾਬ ਮੇਰੀ 18ਵੀਂ ਕਿਤਾਬ ਹੈ ਉੰਜ ਮੇਰੀਆਂ 26 ਕਿਤਾਬਾਂ ਛਪ ਚੁੱਕੀਆਂ ਨੇ ਪਾਠਕਾਂ ਦੇ ਸੰਮੁਖ ਰੱਖਣ ਦੀ ਇਹ ਕਿਤਾਬ ਖੁਸ਼ੀ ਲੈ ਰਿਹਾ ਹਾਂ ਆਸ ਕਰਦਾ ਹਾਂ ਤੁਹਾਨੂੰ ਇਹ ਨਵਿਕਲੀ ਕਿਤਾਬ ਨਵੇਂ ਢੰਗ ਨਾਲ ਸੋਚਣ ਲਈ ਮਜਬੂਰ ਕਰੇਗੀ ਜਿੱਥੇ ਇਸ ਵਿੱਚ ਕਰਾਰੇ ਵਿਅੰਗ ਹਨ ਹਾਸਾ ਹੈ ਨਾਲ ਹੀ ਸਿੱਖਿਆਵਾਂ ਵੀ ਹਨ ਗੁਰਬਾਣੀ ਦੇ ਪ੍ਰਮਾਣ ਦੇ ਕੇ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਨ੍ਹਾਂ ਸਹਿਯੋਗੀ ਵੀਰਾਂ ਭੈਣਾਂ ਨੇ ਨੌਜਵਾਨਾਂ ਨੇ ਇਹਨਾਂ ਵਿਚਲੇ ਕਈ ਵਿਅੰਗ ਸੁਣਾ ਕੇ ਸਮੇਂ-ਸਮੇਂ ਮੇਰੇ ਗਿਆਨ ਪੰਡਾਰ ਵਿੱਚ ਵਾਧਾ ਕੀਤਾ ਹੈ ਉਹਨਾਂ ਸਾਰਿਆਂ ਦਾ ਤੈ ਗਲੋਂ ਸ਼ੁਕਰੀਆ ਅਦਾ ਕਰਦਾ ਹਾਂ ਪਾਠਕ ਪੜ੍ਹ ਕੇ ਸੁਣ ਕੇ ਅਗਰ ਕੋਈ ਸੁਝਾਅ ਦੇਣਾ ਚਾਹੁੰਨ ਤਾਂ ਲਿਖ ਕੇ ਭੇਜਣ ਦੀ ਖੇਚਲ ਕਰਨ ਜੀ ਸੰਗਤਾਂ ਦਾ ਸੇਵਕ ਗੁਰੂ ਘਰ ਦਾ ਪਿਆਰਾ ਇੰਦਰ ਸਿੰਘ ਕੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ